ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ। ਮੈਂ ਸਾਰੇ ਸੰਗਤ ਦਾ, ਸਾਰੇ ਨਗਰ ਨਿਵਾਸੀਆਂ ਦਾ, ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਕੋਟ ਕੋਟ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੀ ਰਹਿਨੁਮਾਈ ਦੇ ਹੇਠ ਬਾਬਾ ਜੀ ਘੜੂਆਂ ਵਾਲੇ, ਬਾਬਾ ਗੁਰਨਾਮ ਸਿੰਘ ਜੀ ਅਤੇ ਬਾਈ ਦੀਪ ਸਿੰਘ ਜੀ ਘੜੂਆਂ ਵਾਲੇ ਜੀ, ਇਹਨਾਂ ਦੀ ਰਹਿਨੁਮਾਈ ਹੇਠ ਇਸ ਦਰਬਾਰ ਸਾਹਿਬ ਦੀ, ਜੋ ਸਾਡੀ ਬਹੁਤ ਪੁਰਾਣੀ ਸੰਗਤ ਦੀ ਮੰਗ ਸੀ, ਅਤੇ ਉਹਨਾਂ ਦੀ ਰਹਿਨੁਮਾਈ ਦੇ ਨਾਲ ਸਾਡਾ ਇਹ ਕਾਰਜ ਸ਼ੁਰੂ ਹੋਇਆ ਸੀ। ਅਤੇ ਉਸ ਵਕਤ ਸਾਡੇ ਕੋਲ ਜੇ ਸਾਡੀ ਮੌਜੂਦਾ ਕਮੇਟੀ ਆ, ਉਹਨਾਂ ਦੇ ਕੋਲ ਸਿਰਫ 13 ਲੱਖ ਰੁਪਇਆ ਸੀ ਜੀ ਲਗਭਗ ਜੀ। ਅਤੇ ਤੋ ਉਹਨਾਂ ਦੀ ਕਿਰਪਾ ਆਸ਼ੀਰਵਾਦ ਦੇ ਨਾਲ ਸਾਡਾ ਕਾਰਜ ਆਰੰਭ ਹੋ ਗਿਆ ਸੀਗਾ ਜੀ, ਇਹ 17 ਸਤੰਬਰ 2023 ਨੂੰ, ਜਿਹਦੇ 'ਚ ਦੇਖੋ ਹੁਣ ਸਾਡੇ ਕੋਲ ਨੀਅਰ ਅਬਾਊਟ 10-11 ਮਹੀਨੇ ਹੋ ਗਏ ਜੀ। ਅਤੇ ਹੁਣ ਤਾਂ ਸਾਡਾ ਜਿਹੜਾ ਲੈਂਟਰ ਦੇ ਸਾਡੇ ਇਹ 3 ਸਾਡੇ ਪਹਿਲਾ ਸਲੈਬ ਆਪਣਾ ਪਿਆ ਬ੍ਰੈਂਡ ਦੇ ਪਿੱਲਰ ਸ਼ੁਰੂ ਹੋਏ ਨੇ, ਫਿਰ ਥੱਲੇ ਬ੍ਰੈਂਡ ਦੇ ਪੈਰਲ ਬਰਾਬਰ ਏ ਬ੍ਰੈਂਡਾ ਬਣਿਆ ਜੀ, ਉਸ ਤੋਂ ਉੱਪਰ ਬ੍ਰੈਂਡਾ ਫਿਰ ਬਣਿਆ ਜੀ, ਦੋ ਦਰਵਾਜ਼ਾ ਦੇ ਬਰਾਬਰ ਹੈਗਾ ਲੱਗਿਆ ਹੋਇਆ ਜੀ। ਹੁਣ ਅੱਜ ਜਿਹੜਾ ਹੈਗਾ ਮਿਤੀ 4-8 ਅਗਸਤ ਨੂੰ, ਮਤਲਬ ਜੀ ਇਹ ਅੱਜ ਦਰਬਾਰ ਸਾਹਿਬ ਦਾ ਜਿਹੜਾ ਮੇਨ ਹੈਗਾ ਉਹ ਦਰਬਾਰ ਸਾਹਿਬ ਦਾ ਅੱਜ ਲੈਂਟਰ ਪੈ ਰਿਹਾ ਜੀ, ਜੋ ਕਿ ਸੰਗਤ ਦੇ ਸਾਰੇ ਸਹਿਯੋਗ ਦੇ ਨਾਲ ਜੀ, ਸਮੂਹ ਸਾਰੇ ਇੰਡਸਟਰੀ ਏਰੀਆ ਵਾਸਤੇ ਜੀ। ਅਰੁਣ ਜੀ, ਜਿਹਨੇ ਜਿਹਨੂੰ ਆਪਾਂ ਇੰਡਸਟਰੀ ਆ, ਸਾਰੇ ਸੰਗਤ ਨੂੰ ਅਸੀਂ ਬੇਨਤੀ ਕੀਤੀ ਆ, ਸਾਰਿਆਂ ਨੇ ਸਾਨੂੰ ਇਹ ਆਪ ਕਿਹਾ ਸੋ ਤੁਹਾਨੂੰ ਕੀ ਚਾਹੀਦਾ, ਇੱਕ ਸੁਨੇਹੇ 'ਤੇ ਉਹਨਾਂ ਨੇ ਸਾਰਾ ਜੋ ਸਾਡਾ ਕਿਰਪਾ ਕੀਤੀ ਆ ਜੀ। ਅਤੇ ਬਾਕੀ ਹੁਣ ਜਿਹੜੇ ਸਾਡੇ ਸਾਬਕਾ ਪ੍ਰਧਾਨ ਸਕੁਆਲਸ਼ਿਪ ਪਿੰਕੀ ਸੀਗੇ, ਉਹਨਾਂ ਦੇ ਮਤਲਬ ਹੁੰਦੇ ਜਿਹੜੀ ਸਾਡੀ ਮਾਇਆ ਸੀਗੀ, ਉਹ ਸਾਡੇ ਕੱਲ੍ਹ, ਅਤੇ ਉਹਨਾਂ ਦੇ ਭਰਾ ਹਰਪਾਲ ਸਿੰਘ ਅਤੇ ਐੱਮ ਸੀ ਬਹਾਦਰ ਸਿੰਘ ਜੀ, ਅਤੇ ਉਹਨਾਂ ਦੇ ਸਕੁਆਲਸ਼ਿਪ ਪਿੰਕੀ ਦੇ ਬਰਦਿੰਦਲਾ, ਸਾਰੇ ਵਿੱਚ ਇਨਵੋਲਵਮੈਂਟ ਹੋ ਕੇ ਇਹਨਾਂ ਨੇ ਸਾਡੇ ਜਿਹੜੇ ਪੈਸੇ ਦਾ ਸਾਡਾ ਸੀਗਾ ਕੁਛ ਕੰਮ, ਕੋਈ ਟੈਕਨੀਕਲ ਕੰਮ ਨੇ ਰੁਕਿਆ ਹੋਇਆ ਸੀਗਾ, ਉਹ ਲਗਭਗ ਸਾਰਾ ਕਲੀਅਰ ਹੋ ਗਿਆ ਜੀ। ਅਤੇ ਲੱਗਦਾ ਸ਼ਾਇਦ ਉਹ ਸੋਮਵਾਰ ਮੰਗਲ ਤੱਕ ਉਹ ਸਾਡੇ ਖਾਤੇ ਕਮੇਟੀ ਦੇ ਖਾਤੇ 'ਚ ਪੈਸੇ ਸਾਰੇ ਆ ਜਾਣਗੇ, ਅਤੇ ਉਹਦੇ ਨਾਲ ਥੋੜ੍ਹਾ ਜਿਹਾ ਕੰਮ ਸੌਖਾ ਹੋ ਜੂਗਾ। ਅਤੇ ਜਿਹੜਾ ਪਹਿਲਾਂ ਸਾਨੂੰ ਇਹ ਸੀਗਾ ਵੀ ਸ਼ਾਇਦ ਸਮਾਂ ਇਹ 2-3 ਸਾਲ ਲੱਗ ਸਕਦੇ ਨੇ, ਅਤੇ ਜਦੋਂ ਫਿਰ ਉਹ ਮਾਇਆ ਆ ਜਾਂਦੀ ਆਪਣੇ ਕੋਲ ਜੀ, ਫਿਰ ਸੌਖੇ ਤਰੀਕੇ ਦੇ ਨਾਲ ਅਸੀਂ ਮੇਰੇ ਨਾਲ ਹੀ ਨਾਲ ਦਰਬਾਰ ਸਾਹਿਬ ਪਹਿਲਾਂ ਸਭ ਤੋਂ ਤਿਆਰ ਕਰਾਵਾਂਗੇ ਜੀ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਮਤਲਬ ਮਾਇਆ ਆਊਗੀ ਉਸ ਤਰੀਕੇ ਦੇ ਨਾਲ ਸਾਰਾ ਫਿਰ ਇਹ ਮਹਾਰਾਜ ਦਾ ਕਾਰਜ ਇਹ ਹੁੰਦਾ ਰਹੂਗਾ। ਦੇਖੋ ਸਾਡੇ ਘਰ ਤਾਂ ਹੈ ਨਹੀਂ, ਹੈ ਇਹ ਮਹਾਰਾਜ ਆਪਣੇ ਘਰ ਨੇ ਜੀ, ਇਹਨਾਂ ਨੂੰ ਕੋਈ ਕਿਸੇ ਦੀ ਹਿੰਮਤ ਨਹੀਂ ਹੈ ਵੀ ਉਹ ਮਹਾਰਾਜ ਘਰ ਦਾ ਬਣਾ ਦੇਵੇ। ਅਸੀਂ ਤਾਂ ਮੰਗਦੇ ਹਾਂ ਜੀ, ਤਾਂ ਆਪ ਕਹਿੰਦੇ ਹਾਂ ਮਹਾਰਾਜ ਸਾਡੇ ਘਰ ਬਣਾਓ, ਅਤੇ ਮਹਾਰਾਜ ਆਪਣਾ ਆਪ ਕਾਰਜ ਆ, ਉਹਨਾਂ ਨੇ ਸਾਰਾ ਕਾਰਜ ਆਪਣੇ ਆਪ ਕਰੇ ਆ। ਅਸੀਂ ਤਾਂ ਮਹਾਰਾਜ ਧੰਨਵਾਦ ਕਰਦੇ ਸੀ, ਇੰਨੇ ਜੋਗੇ ਹੈ ਨਹੀਂ ਸੀਗੇ ਵੀ ਸਾਡੀ ਸਾਰੇ ਸੰਗਤ ਦੇ ਦੇਖੋ ਕਿੰਨਾ ਉਹਨਾਂ ਨੇ ਉਪਰਾਲਾ, ਮਹਾਰਾਜ ਸੰਗਤ ਨੇ ਮੇਵਾ ਹੱਥ ਰੱਖਿਆ, ਸਾਤੋਂ ਸੇਵਾ ਲਈ ਅਸੀਂ ਕਿੰਨੇ ਭਾਗਾਂ ਵਾਲੇ ਹੈਗੇ ਹਾਂ ਜੀ, ਉਹਨੂੰ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਸਾਡੀ ਜਿਹੜੀ ਕਮੇਟੀ ਹੈਗੀ ਆ, ਉਹ ਸਾਰੇ ਇੰਨਾ ਆਪਸ ਪਿਆਰ ਇਤਫਾਕ ਆ ਜੀ, ਹਰ ਗੱਲ ਨੂੰ ਹਰ ਸਟੇਜ 'ਤੇ ਹਰ ਬਾਈ ਬਹਿ ਕੇ ਸਾਰੇ ਸ਼ੇਅਰ ਕਰਦੇ ਹਾਂ, ਅਤੇ ਹਰ ਪੱਖੋਂ ਅਸੀਂ ਮਤਲਬ ਜੋ ਵੀ ਹੈ ਰਲ ਮਿਲ ਕੇ ਅਸੀਂ ਉਹਨਾਂ ਦਾ ਨਿਰਣਾ ਲੈ ਕੇ ਤਾਂ ਅਸੀਂ ਅੱਗੇ ਦੇ ਅੱਗੇ ਅਸੀਂ ਹੁਣ ਤਾਂ ਇੱਥੇ ਪਹੁੰਚੇ ਹਾਂ ਜੀ। ਵਾਹਿਗੁਰੂ ਫਤਿਹ ਜੀ। ਕੀ ਕਹਿਣਾ ਚਾਹੁੰਦੇ ਹੋ ਘਰ ਦੇ ਲੈਂਟਰ ਜਿਹੜਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸਾਧ ਸੰਗਤ ਨੂੰ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਸਿਲੰਡਰ ਪੈਣ 'ਚ ਸਹਿਯੋਗ ਦਿੱਤਾ, ਅਤੇ ਬਹੁਤ ਚੰਗਾ ਕੰਮ ਹੈ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਇਸ। ਅੱਗੇ ਵੀ ਕੰਮ ਹੋਰ ਕਾਫੀ ਜ਼ਿਆਦਾ ਪਿਆ ਅਤੇ ਸੰਗਤ ਨੂੰ ਅਪੀਲ ਵੀ ਕਰਦੇ। ਮੈਂ ਸੰਗਤ ਨੂੰ ਇਹ ਅਪੀਲ ਕਰਦਾ ਕਿ ਵੀ ਜਿੰਨੀ ਵੱਧ ਤੋਂ ਵੱਧ ਚੜ੍ਹ ਕੇ ਇਸ 'ਚ ਸੇਵਾ ਕੀਤੀ ਜਾਵੇ, ਮਦਦ ਕੀਤੀ ਜਾਵੇ, ਅਤੇ ਚਾਹੇ ਪੈਸਿਆਂ ਰਾਹੀਂ ਚਾਹੇ ਪੂਰੇ ਖੜ ਸੇਵਾ ਕਰਕੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਸਾਡੇ ਜਿਹੜੇ ਪਿੰਡ ਆ ਸਾਡਾ, ਇਹਦੇ ਬਹੁਤ ਭਾਗ ਚੰਗੇ ਹੈ ਕਿ ਬਹੁਤ ਹੀ ਜਿਹਨੂੰ ਸ਼ਾਨਦਾਰ ਕਹਿੰਦੇ ਗੁਰੂ ਦਾ ਘਰ ਹੈ, ਜਿਹੜਾ ਜਿਹੜਾ ਦੂਰ ਤੋਂ ਹੀ ਦੇਖੇ ਵੀ ਹਾਂ ਬਾਕੀ ਚਨਾਲੋਂ ਦੇ ਵਿੱਚ ਅਸੀਂ ਬੜੇ ਹਾਂ, ਲੋਕ ਦੇਖਣ ਉਹ ਗੁਰੂ ਦਾ ਘਰ ਤਿਆਰ ਹੋ ਰਿਹਾ। ਸਾਡੇ ਅੰਕਲ ਜੀ, ਸਾਡੇ ਸੋਹਣ ਸਿੰਘ ਜੀ, ਉਹਨਾਂ ਦਾ ਯੋਗਦਾਨ ਅਤੇ ਸਾਡੇ ਸੁਖਪਾਲ ਪਿੰਕੀ ਜੀ ਦਾ ਯੋਗਦਾਨ, ਇਹ ਸਾਰਾ ਪਿੰਡ ਕਦੇ ਨਹੀਂ ਭੁਲਾ ਪਾਊਗਾ। ਅੱਜ ਵੀ ਅਸੀਂ ਉਹਨਾਂ ਨੂੰ ਅਸੀਂ ਆਪਣੇ ਦਿਲ 'ਚ ਰੱਖਿਆ ਹੋਇਆ। ਸਾਡੇ ਵਾਸਤੇ ਉਹ ਇੱਥੇ ਹੀ ਹੈ, ਅਮਰ ਆ ਉਹ ਸਾਡੇ ਵਾਸਤੇ, ਕਿਉਂਕਿ ਉਹਨਾਂ ਨੇ ਇਸ ਪਿੰਡ ਵਾਸਤੇ ਬਹੁਤ ਵੱਡੇ ਕੰਮ ਕੀਤੇ ਹੈ। ਔਰ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਹ ਉਸਾਰੀ ਹੋ ਰਹੀ ਹੈ, ਉਹਨਾਂ ਦਾ ਮੈਂ ਕਹਿੰਦਾ ਵੀ ਬਹੁਤ ਵੱਡਾ ਯੋਗਦਾਨ ਹੈ, ਵੀ ਉਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਬਹੁਤ ਮਿਹਨਤ ਕੀਤੀ ਉਹਨਾਂ ਨੇ, ਸੁਬਾਹ ਗੁਰਦੁਆਰੇ ਆਉਣਾ, ਪਾਠ ਪੂਜਾ ਕਰਨੀ, ਹੋਰ ਲੋਕਾਂ ਨੂੰ ਨਾਲ ਪ੍ਰੇਰਿਤ ਕਰਨਾ, ਸਾਰਿਆਂ ਨੂੰ ਪਿੰਡ ਨੂੰ ਨਾਲ ਲੈ ਕੇ ਚੱਲਣਾ। ਪਿੰਡ ਦੇ ਬੱਚੇ ਨੂੰ ਕੱਢ ਲਿਆਉਂਦੇ ਸੀਗੇ ਸੋਹਣ ਸਿੰਘ ਜੀ ਅਤੇ ਪਿੰਕੀ ਜੀ ਸਾਡੇ ਸੁਖਪਾਲ, ਅਤੇ ਅਸੀਂ ਇਹੀ ਬੇਨਤੀ ਕਰਾਂਗੇ ਪਿੰਡ ਦੇ ਵਿੱਚ ਇੱਦਾਂ ਸ਼ਾਂਤੀ ਬਣੀ ਰਹੇ ਅਤੇ ਗੁਰਦੁਆਰਾ ਸਾਹਿਬ ਹੋਰ ਵੀ ਤਰੱਕੀਆਂ 'ਤੇ ਜਾਵੇ ਅਤੇ ਪਿੰਡ ਨੂੰ ਵਧੀਆ ਪੂਜਾ ਪਾਠ ਕਰਨ ਦਾ ਮੌਕਾ ਪ੍ਰਾਪਤ ਹੋਵੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਪ੍ਰਧਾਨ ਜੀ, ਗੁਰੂ ਘਰ ਦੇ ਲੈਂਟਰ ਦੀ ਜਿਹੜੀ ਸੇਵਾ ਸ਼ੁਰੂ ਹੋ ਚੁੱਕੀ ਹੈ, ਕਿਹੜੇ ਸੰਤ ਆਏ ਸੀਗੇ, ਗਿਆਨੀ ਜੀ, ਪਹਿਲਾਂ ਦੱਸੋ ਕੀ ਕਿਹੜਾ ਚੱਲਦੇ ਗੁਰੂ ਘਰ ਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਗੁਰਦੁਆਰਾ ਸਾਹਿਬ ਚਨਾਲੋਂ ਵਿਖੇ ਚੌਥੇ ਲੈਂਟਰ ਦੀ ਤਿਆਰੀ ਚੱਲ ਰਹੀ ਹੈ, ਜਿਹੜਾ ਮੇਨ ਲੈਂਟਰ ਹੈ ਦਰਬਾਰ ਸਾਹਿਬ ਦਾ। ਮੈਂ ਸੰਗਤ ਨੂੰ ਦੱਸਣਾ ਚਾਹੁੰਦਾ, ਜਿਹੜਾ ਸਾਹਮਣੇ ਵਾਲਾ ਪਹਿਲਾ ਲੈਂਟਰ ਸੀ ਉਹ ਸੱਚਖੰਡ ਦੇ ਪਏ ਆ, ਦੂਸਰਾ ਲੈਂਟਰ ਜਿਹੜੇ ਪਏ ਆ ਨੀਚੇ ਲੰਗਰ ਹਾਲ ਦੇ ਗੈਲਰੀ ਦਾ ਸੀ, ਅਤੇ ਤੀਜਾ ਲੈਂਟਰ ਆਪਣਾ ਦਰਬਾਰ ਸਾਹਿਬ ਅਤੇ ਬਾਹਰ ਜਿਹੜੀਆਂ ਗੈਲਰੀਆਂ ਉਹਨਾਂ ਦਾ ਪਿਆ, ਅਤੇ ਚੌਥਾ ਲੈਂਟਰ ਜਿਹੜਾ ਅੱਜ ਮੇਨ ਲੈਂਟਰ ਹੈ, ਜਿਹਦੇ ਕਰਕੇ ਸੰਗਤ ਬਹੁਤ ਅੱਜ ਖੁਸ਼ ਹੈ। ਲੱਡੂ ਵੀ ਵੰਡੇ ਜਾ ਰਹੇ ਹੈ, ਦੇਗ ਪ੍ਰਸ਼ਾਦੇ ਲੰਗਰ ਪੂਰੀ ਤਿਆਰੀ ਖਿੱਚੀ ਹੋਈ ਹੈ ਸਾਰੀ ਸੰਗਤ ਨੇ। ਸੋ ਮੈਂ ਇੰਨਾ ਕੁ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਲੈਂਟਰ ਉੱਪਰ ਪੈ ਰਿਹਾ ਉਹ 4800 ਸਕੇਅਰ ਫੁੱਟ ਪਲੱਸ ਹੈ, ਉਹ 5000 ਦੇ ਆਸ ਪਾਸ ਹੈ ਉਹ, ਅਤੇ ਇਹ RMC ਪਲਾਂਟ ਰਾਹੀਂ ਪਾਇਆ ਜਾ ਰਿਹਾ ਹੈ। ਅਤੇ ਬਾਕੀ ਜਿੰਨੀ ਸੰਗਤ ਸੇਵਾ ਕਰ ਰਹੀ ਉਹਨਾਂ ਸਾਰੀ ਸੰਗਤ ਆ, ਭਾਵੇਂ ਕਿਸੇ ਵੀ ਵਾਰਡ ਦੀ ਹੋਵੇ, ਕੁਰਾਲੀ ਦੀ ਹੋਵੇ, ਚਨਾਲੋਂ ਦੀ ਹੋਵੇ, ਭਾਵੇਂ ਫੋਕਲ ਪੁਆਇੰਟ ਦੀ ਹੋਵੇ, ਮੈਂ ਆਪਣੀ ਕਮੇਟੀ ਵੱਲੋਂ ਪਿੰਡ ਚਨਾਲੋਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ। ਇੱਕ ਸੁਖਪਾਲ ਸਿੰਘ ਪਿੰਕੀ ਦਾ ਨਾਮ ਕਾਫੀ ਆ ਰਿਹਾ ਜੀ, ਉਹਨਾਂ ਵੱਲੋਂ ਤਕਰੀਬਨ 55 ਲੱਖ ਰੁਪਏ ਦੀ ਕਰੀਬ ਜੋ ਕਿ ਪੁਰਾਣਾ ਪੈਸਾ ਗੁਰੂ ਘਰ ਦਾ ਪਿਆ ਸੀਗਾ ਉਹ ਵੀ ਦੇ ਦਿੱਤਾ ਗਿਆ, ਅਤੇ ਉਹਨਾਂ ਕੋਲੋਂ 7 ਲੱਖ ਰੁਪਏ ਦੀ ਸੇਵਾ ਨਿਭਾਈ ਗਈ ਹੈ, ਕੀ ਉਹ ਤੁਹਾਡੇ ਕੋਲ ਪੁੱਛ ਚੁੱਕੇ ਨੇ ਜੀ, ਉਸ ਕਿਸ ਤਰ੍ਹਾਂ ਸੇਵਾ ਕਰਦੇ? ਸਰਦਾਰ ਸੁਖਪਾਲ ਸਿੰਘ ਪਿੰਕੀ ਜੀ ਜਦੋਂ ਉਹਨਾਂ ਦੇ ਭੋਗ ਸਨ ਤਾਂ ਉਹਨਾਂ ਦੇ ਰਜਿੰਦਰ ਸਿੰਘ ਬ੍ਰਦਰ ਇਨ ਲਾਅ ਅਤੇ ਹਰਪਾਲ ਸਿੰਘ ਅਤੇ ਓਕੇ ਜੀ ਨੇ, ਇਹਨਾਂ ਨੇ ਸਾਨੂੰ ਉਸ ਟਾਈਮ 7 ਲੱਖ ਰੁਪਇਆ ਇੱਕ ਅਤੇ 3,38,000 ਭੋਗ ਤੋਂ ਪਹਿਲਾਂ ਖਾਤੇ ਵਿੱਚ ਪਾਇਆ ਸੀ, ਮਤਲਬ 10 ਲੱਖ ਸਵਾ ਕੁ 10 ਲੱਖ ਦੇ ਆਸ ਪਾਸ, ਜਿਹੜਾ ਉਹਨਾਂ ਦੇ ਮੁਤਾਬਕ ਦਸਵੰਧ ਹੈ, ਉਹਨਾਂ ਦੇ ਮੁਤਾਬਕ ਦਸਵੰਧ ਦਿੱਤਾ ਹੋਇਆ। ਬਾਕੀ ਜਿਹੜਾ ਗੁਰਦੁਆਰਾ ਸਾਹਿਬ ਦਾ ਪੈਸਾ ਉਹਦੇ ਵਿੱਚ ਹੈ, ਤਾਂ ਇਹਨਾਂ ਨੇ ਪੂਰਾ ਭਰੋਸਾ ਦਵਾਇਆ। ਕੱਲ੍ਹ ਵੀ ਇਹਨਾਂ ਨੇ ਟਰਾਈ ਕੀਤੀ ਹੈ ਵੀ ਉਹ ਪੈਸੇ ਖਾਤੇ ਵਿੱਚ ਆ ਜਾਣ, ਚਲੋ ਟੈਕਨੀਕਲ ਪ੍ਰੋਬਲਮ ਕਰਕੇ ਨਹੀਂ ਹੋ ਸਕਿਆ, ਤਾਂ ਇਹਨਾਂ ਨੇ ਪੂਰਾ ਭਰੋਸਾ ਦਵਾਇਆ ਹਰਪਾਲ ਸਿੰਘ ਨੇ ਅਤੇ ਓਕੇ ਜੀ ਨੇ ਵੀ ਉਹ ਮੰਡੇ ਨੂੰ ਸਾਡੇ ਖਾਤੇ ਵਿੱਚ ਆ ਜੂਗਾ। ਜੇਕਰ ਗੁਰੂ ਘਰ ਦੇ ਪੈਸੇ ਤੁਹਾਡੇ ਖਾਤੇ ਆਉਂਦੇ ਆ ਤਾਂ ਕਿੰਨਾ ਈਜ਼ੀ ਹੋ ਜਾਏਗਾ ਅੱਗੇ ਕੰਮ ਕਰਾਉਣਾ ਜੀ?
ਤੁਹਾਨੂੰ ਜਿਵੇਂ ਪਤਾ ਹੀ ਹੈ ਸਾਰਾ ਕਾਰਜ ਮਾਇਆ ਦਾ ਹੈ, ਜਿਹੜਾ ਜਿੰਨੇ ਵੀ ਲੈਂਟਰ ਹੈ ਦਰਬਾਰ ਸਾਹਿਬ ਦੇ, ਇਹ ਤਾਂ ਸੰਗਤ ਦੇ ਸਹਿਯੋਗ ਨਾਲ ਪੈਣੇ ਹੀ ਪੈਣੇ ਆ। ਜਿਹੜੀ ਉਹ ਮਾਇਆ ਆਉਣੀ ਉਹ ਵੀ ਸੰਗਤ ਦੀ ਉਹ ਹੈ, ਉਹ ਆਪਾਂ ਨੇ ਅੰਦਰ ਦਰਬਾਰ ਸਾਹਿਬ ਦੀ ਸਭ ਦੇ ਪਹਿਲ ਦੇ ਤੌਰ 'ਤੇ ਦਰਬਾਰ ਸਾਹਿਬ ਦੇ ਅੰਦਰ ਦੀ ਤਿਆਰੀ ਕਰਵਾਉਣੀ ਹੈ, ਸਾਰਿਆਂ ਦੀ ਸਲਾਹ ਕਰਕੇ ਅੰਦਰ ਦੀ ਤਿਆਰੀ ਕਰਵਾ ਕੇ ਫਿਰ ਗੁੰਬਦਾਂ ਦੀ ਤਿਆਰੀ ਹੋਣੀ। ਕਹਿਣ ਤੋਂ ਬਾਅਦ ਹਾਲ ਵੀ ਕਰੋੜ ਸਵਾ ਕਰੋੜ ਦਾ ਪ੍ਰੋਜੈਕਟ ਹੈਗਾ ਹੈ, ਜਿਹਨੂੰ ਅੰਦਾਜ਼ੇ ਮੁਤਾਬਕ 2 ਸਾਲ ਵੀ ਲੱਗ ਸਕਦੇ, ਕਿਉਂ ਅੰਦਰ ਜਿਹੜਾ ਕਾਰਜ ਸਾਰੇ ਬਰੀਕੀ ਦੇ ਕਾਰਜ ਆ, ਉਹ ਹੌਲੀ ਹੌਲੀ ਚੱਲਣਾ। ਸੰਗਤ ਨੂੰ ਕੀ ਅਪੀਲ ਕਰਦੇ ਹੋ, ਕਿਉਂਕਿ ਕਾਫੀ ਜ਼ਿਆਦਾ ਖਰਚਾ ਗੁਰੂ ਘਰ ਬਣਾਉਣ ਦਾ? ਸੰਗਤ ਨੂੰ ਬਸ ਇਹੀ ਅਪੀਲ ਕਰਦੇ ਹਾਂ, ਇਹ ਸਤਿਗੁਰਾਂ ਦੇ ਕਾਰਜ ਹੈ, ਤੁਹਾਡੇ ਸੁੱਖ ਦੁੱਖ 'ਚ ਮਹਾਰਾਜ ਨੇ ਹੀ ਕੰਮ ਆਉਣਾ, ਤੁਸੀਂ ਲੰਗਰ ਹਾਲ ਦਰਬਾਰ ਸਾਹਿਬ ਵਰਤੋਂ 'ਚ ਲਿਆਉਣੇ ਆ, ਇਹ ਤੁਹਾਡੇ ਹੀ ਕਾਰਜ ਹੈ, ਕਿਸੇ ਕਮੇਟੀ ਨੇ ਨਹੀਂ ਕਰਨਾ, ਕਿਸੇ ਪ੍ਰਧਾਨ ਨੇ ਨਹੀਂ ਕਰਨਾ ਹੈਗਾ, ਇਹ ਤੁਹਾਡੇ ਕਾਰਜ ਹੈ, ਤੁਸੀਂ ਉਹ ਕਰਨਾ, ਤੁਹਾਡੇ ਕਰਕੇ ਹੀ ਸਾਰਾ ਕੁਝ ਚੱਲ ਰਿਹਾ। ਗੁਰੂ ਘਰ ਦਾ ਲੈਂਟਰ ਪੈਣ ਦਾ ਕੰਮ ਸ਼ੁਰੂ, ਸੇਵਾ ਸ਼ੁਰੂ ਹੋਈ ਹੈ, ਕੀ ਕਹਿਣਾ ਚਾਹੁੰਦੇ ਹੋ, ਕਿੰਨਵਾਂ ਲੈਂਟਰ ਹੈ? ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਸਾਡਾ ਨਗਰ ਵਧਾਈ ਦਾ ਪਾਤਰ ਹੈ, ਇਲਾਕੇ ਦੀ ਸੰਗਤ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਗੁਰਦੁਆਰਾ ਸਿੰਘ ਸਭਾ ਚਨਾਲੋਂ ਦੀ ਜਿਹੜੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ, ਉਹ ਅੱਜ ਉਸਦੀ ਅਖੀਰਲੀ ਮੰਜ਼ਿਲ, ਟੌਪ ਮੰਜ਼ਿਲ ਦਾ ਜਿਹੜਾ ਲੈਂਟਰ ਹੈ ਉਹ ਮੁਕੰਮਲ ਹੋਇਆ ਜੀ, ਹੋਣ ਜਾ ਰਿਹਾ। ਔਰ ਮੈਂ ਤਾਂ ਇਹ ਕਹਾਂਗਾ ਕਿ ਬਹੁਤ ਹੀ ਸੰਗਤ ਦਾ ਬਹੁਤ ਵੱਡਾ ਉਪਰਾਲਾ, ਗੁਰੂ ਘਰ ਦੇ ਜਿਹੜੇ ਸੇਵਾਦਾਰ ਹੈ, ਮੁੱਖ ਸੇਵਾਦਾਰ ਹੈ, ਜਿਹੜੇ ਸਾਡੇ ਮਰਹੂਮ ਮੁੱਖ ਸੇਵਾਦਾਰ ਸੁਖਪਾਲ ਸਿੰਘ ਜੀ ਪਿੰਕੀ ਹੋਣੀ, ਉਹਨਾਂ ਦਾ, ਸਾਡੇ ਹਰਪ੍ਰੀਤ ਜੀ ਜਿਹੜੇ ਹੁਣ ਸੇਵਾ ਨਿਭਾ ਰਹੇ ਹੈ, ਮੈਂ ਇਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਸੰਗਤ ਨੂੰ ਨਾਲ ਜੋੜ ਕੇ ਐਡੀ ਵੱਡੀ ਉਸਾਰੀ ਵਾਹਿਗੁਰੂ ਦੀ ਕਿਰਪਾ ਨਾਲ, ਔਰ ਇਹ ਮੁਕੰਮਲ ਹੋਣ ਜਾ ਰਹੀ ਹੈ। ਔਰ ਮੈਂ ਤਾਂ ਇਹੀ ਕਹਾਂਗਾ ਕਿ ਬਹੁਤ ਵਧਾਈ ਦੀ ਪਾਤਰ ਹੈ ਜੀ ਸੰਗਤ ਵੀ, ਔਰ ਗੁਰੂ ਘਰ ਦੇ ਮੁੱਖ ਸੇਵਾਦਾਰ। ਸੁਖਪਾਲ ਸਿੰਘ ਪਿੰਕੀ ਜੀ ਦਾ ਕੀ ਯੋਗਦਾਨ ਰਿਹਾ ਗੁਰੂ ਘਰ ਦੇ ਵਿੱਚ, ਉਹਦੇ ਬਾਰੇ ਵੀ ਜਾਣਕਾਰੀ? ਸਾਡੇ ਪਿੰਕੀ ਵੀਰ ਜੀ, ਮਰਹੂਮ ਪਿੰਕੀ ਵੀਰ ਜੀ, ਪਹਿਲਾਂ ਤਾਂ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦਾ, ਔਰ ਅੱਜ ਉਹਨਾਂ ਦਾ ਨਾਮ ਲਏ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਉਹ ਬਹੁਤ ਸੱਚੇ ਸੁੱਚੇ ਗੁਰੂ ਦੇ ਸੇਵਕ ਸਨ, ਔਰ ਗੁਰੂ ਘਰ ਦੀ ਉਹਨਾਂ ਨੇ ਤਨ ਮਨ ਧਨ ਨਾਲ ਬਹੁਤ ਵੱਡੀ ਸੇਵਾ ਕਰੀ ਹੈ। ਔਰ ਮੈਂ ਤਾਂ ਕਹਾਂਗਾ ਕਿ ਸਾਨੂੰ ਤਾਂ ਅਜਿਹਾ ਵਿਅਕਤੀ ਹਲੇ ਤੱਕ ਨਹੀਂ ਦਿਖਿਆ ਕਿ ਜਿਹੜਾ ਬੰਦਾ ਨਿਸ਼ਕਾਮ ਸੇਵਾ ਕਰਦਾ ਹੋਵੇ, ਇੱਕ ਇੱਕ ਰੁਪਈਆ ਜਿਸ ਨੇ ਜੋੜ ਕੇ ਲੱਖਾਂ ਰੁਪਏ ਕਰੋੜਾਂ ਰੁਪਇਆ ਗੁਰੂ ਘਰ 'ਤੇ ਅੱਜ ਜਿਹੜਾ ਉਸਾਰੀ 'ਤੇ ਲੱਗ ਰਿਹਾ, 50-55 ਲੱਖ ਰੁਪਇਆ ਉਹਨਾਂ ਨੇ ਗੁਰੂ ਘਰ ਦਾ ਜੋੜਿਆ ਹੋਇਆ ਸੀ, ਅਤੇ ਤਕਰੀਬਨ 7.5 ਲੱਖ ਰੁਪਇਆ ਉਹਨਾਂ ਨੇ ਗੁਰੂ ਘਰ ਨੂੰ ਕੋਲੋਂ ਵੀ ਦਿੱਤਾ। ਔਰ ਮੈਂ ਤਾਂ ਕਹਾਂਗਾ ਅਜਿਹੇ ਵਿਅਕਤੀ, ਵਾਹਿਗੁਰੂ ਨੂੰ ਵੀ ਅੱਗੇ ਚੰਗੇ ਵਿਅਕਤੀਆਂ ਦੀ ਲੋੜ ਹੈ, ਚੰਗੇ ਇਨਸਾਨਾਂ ਦੀ ਲੋੜ ਹੈ, ਜਿਨ੍ਹਾਂ ਨੂੰ ਸਾਨੂੰ ਸਾਡੇ ਕੋਲੋਂ ਬੇਵਕਤ ਛੋਟੀ ਉਮਰ ਵਿੱਚ ਉਹਨਾਂ ਨੂੰ ਸਾਡੇ ਕੋਲੋਂ ਖੋਲਿਆ। ਹਾਂਜੀ, ਕੀ ਸੰਗਤ ਨੂੰ ਅਪੀਲ ਕੀ ਕਰਦੇ ਹੋ, ਕਿਉਂਕਿ ਵੱਡਾ ਕਾਰਜ ਹੈ, ਹਜੇ ਵੀ ਕਾਫੀ ਕੰਮ ਪਿਆ ਜੀ? ਸੰਗਤ ਨੂੰ ਵੱਧ ਚੜ੍ਹ ਕੇ ਸਾਡੀ ਤਾਂ ਇਹੀ ਅਪੀਲ ਹੈ, ਬੇਨਤੀ ਹੈ ਕਿ ਜੋ ਇਹ ਜੋ ਵੱਡੀਆਂ ਇਮਾਰਤਾਂ ਗੁਰੂ ਘਰ ਦੀਆਂ ਮਹਿਲ ਬਣਨ ਜਾ ਰਹੇ ਹੈ, ਇਹਦੇ 'ਤੇ ਬਹੁਤ ਪੈਸਾ ਲੱਗਣਾ। ਮੈਂ ਤਾਂ ਸਾਰੀ ਸੰਗਤ ਨੂੰ, ਨਗਰ ਨਿਵਾਸੀਆਂ ਨੂੰ, ਸਾਡੇ ਦੇਸ਼ ਵਿਦੇਸ਼ 'ਚ ਬੈਠੇ ਸਾਡੇ ਨਗਰ ਦੇ ਜਿੰਨੇ ਵੀ ਸਾਡੇ ਨੌਜਵਾਨ ਹੈ, ਪਰਿਵਾਰ ਬੈਠੇ ਹੈ ਵਿਦੇਸ਼ਾਂ ਦੇ ਵਿੱਚ, NRI ਵੀਰ ਬੈਠੇ ਹੈ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਬਹੁਤ ਸੰਗਤ ਨੇ ਪੈਸਾ ਦੇ ਵੀ ਰਹੇ ਹੈ। ਔਰ ਮੈਂ ਅੱਗੇ ਨੂੰ ਵੀ ਅਪੀਲ ਕਰਦਾ ਕਿ ਇਸ ਨੂੰ ਸਿਰੇ ਲਾਉਣ ਦੇ ਲਈ ਵੱਧ ਚੜ੍ਹ ਕੇ ਇਸ ਦੇ ਵਿੱਚ ਹਿੱਸਾ ਪਾਓ ਜੀ।